ਲੋਕਾਂ ਨੇ ਵੀ ਨਾ ਸ਼ਰਮ ਹੀ ਲਾ ਰੱਖੀ ਆ। ਆਪਣੀ ਪਿਛਲੇ ਘਰ ਵਾਲੀ ਅਕਲ ਮੈਨੂੰ ਪੈਕਟ ਫੜਾ ਗਈ ਵੀ ਇੰਡੀਆ ਸਾਡੇ ਘਰ ਪਹੁੰਚਾ ਦਿਓ ਨਾ। ਬੰਦਾ ਭਲਾ ਪੁੱਛੇ ਵੀ ਅਸੀਂ ਉਹਨਾਂ ਦਾ ਸਮਾਨ ਢੋਣੋਂ ਇੰਡੀਆ ਦੀ ਟਿਕਟ ਲਈ ਆ। ਕਾਹਨੂੰ ਉਹਦਾ ਲਓ ਸਾੜੀਆਂ ਨਹੀਂ ਯਾਰ, ਫਿਰ ਕੀ ਹੋਇਆ ਜੇ ਫੜਾ ਗਏ ਤਾਂ? ਪਿੱਛੋਂ ਆਪਣੇ ਘਰ ਦੀ ਰਖਵਾਲੀ ਵੀ ਤਾਂ ਉਹੀ ਕਰਦੇ ਆ। ਜੇ ਆਪਣੇ ਮਗਰੋਂ ਆਪਣੇ ਬੂਟਿਆਂ ਨੂੰ ਪਾਣੀ ਧਾਣੀ ਨਾ ਪਾਉਣ ਤਾਂ ਆਪਣੀ ਤਾਂ ਸਾਰੀ ਹਰਿਆਲੀ ਸੜ ਜੂ। ਹਾਂ ਆ ਮੇਰਾ ਸੂਟ ਵੇਖਿਓ, ਘੈਂਟ ਹੈ ਨਾ? ਹਾਂ ਸੋਹਣਾ। ਹੋਵੇ ਵੀ ਕਿਉਂ ਨਾ, ਆਪਣੇ ਭਰਾ ਦੇ ਵਿਆਹ ਲਈ ਸਪੈਸ਼ਲ ਰੇਸ਼ਮੀ ਤੰਦਾਂ ਵਾਲੀ ਗਗਨ ਤੋਂ ਮੈਂ $700 ਦਾ ਕਸਟਮਾਈਜ਼ ਕਰਵਾਇਆ। ਹੁਣ ਜਦੋਂ ਮੈਂ ਲੱਕੀ ਦੇ ਵਿਆਹ 'ਤੇ ਪਾਇਆ ਨਾ ਤਾਂ ਸਾਰਿਆਂ ਨੇ ਮੱਚ ਮੱਚ ਜਾਣਾ। ਖਾਸ ਤੌਰ 'ਤੇ ਮੇਰੀਆਂ ਜਠਾਣੀਆਂ ਨੇ ਜਿਹੜੀਆਂ ਕਹਿੰਦੀਆਂ ਸੀ ਵੀ ਇਹ ਤਾਂ ਆਸਟ੍ਰੇਲੀਆ 'ਚ ਜਾ ਕੇ ਦਿਹਾੜੀਆਂ ਕਰਦੀ ਆ। ਹੁਣ ਦੱਸੂ ਉਹਨਾਂ ਨੂੰ ਕਿ ਉਹ ਤਾਂ ਮੇਰੇ ਪੈਰ ਵਰਗੀਆਂ ਵੀ। ਛੱਡ ਵੀ ਦੇ ਯਾਰ, ਇੰਨੇ ਸਾਲ ਹੋ ਗਏ, ਅਗਲੀਆਂ ਤਾਂ ਕਹਿ ਕੇ ਭੁੱਲ ਭੁਲਾ ਵੀ ਗਈਆਂ ਹੋਣੀਆਂ। ਤੂੰ ਐਵੇਂ ਯਾਦ ਕਰ ਕਰ ਆਪਦੇ ਕੰਢੇ ਸਾੜੀ ਜਾਂਦੀ ਹੈ, ਕੋਈ ਫਾਇਦਾ ਨਹੀਂ ਇਹਨਾਂ ਗੱਲਾਂ ਦਾ। ਮੈਂ ਕਿਵੇਂ ਭੁੱਲ ਜਾਵਾਂ ਉਹ ਟਾਈਮ ਜਦੋਂ ਵਿਆਹਾਂ 'ਤੇ ਵੰਨ ਸਵੰਨੇ ਸੂਟ ਪਾਉਂਦੀਆਂ ਸੀ ਅਤੇ ਜਾਣ ਜਾਣ ਕੇ ਮੈਨੂੰ ਉਹਨਾਂ ਦੇ ਰੇਟ ਦੱਸਦੀਆਂ ਸੀ ਵੀ ਇਹਦੇ ਕੋਲ ਕਿਹੜਾ ਸਾਰੀ ਜ਼ਿੰਦਗੀ ਇਹੋ ਜਿਹੇ ਸੂਟ ਲਏ ਜਾਣੇ ਨੇ। ਹੁਣ ਮਸਾਂ ਤਾਂ ਰੱਬ ਨੇ ਸਾਡੀ ਸੁਣੀ ਆ ਅਤੇ ਕਿਉਂ ਨਾ ਸਾੜਾਂ ਫਿਰ ਉਹਨਾਂ ਨੂੰ ਮੈਂ। ਚੱਲ ਚੰਗਾ ਯਾਰ, ਜਿਵੇਂ ਤੇਰਾ ਰਾਂਝਾ ਰਾਜੀ ਹੁੰਦਾ ਤੂੰ ਕਰੀ ਚੱਲ। ਹਾਂ ਹੋ ਗਈ। ਮੈਂ ਟਾਈਮ ਸਰ ਏਅਰਪੋਰਟ 'ਤੇ ਪਹੁੰਚ ਜੂ ਅਤੇ ਤੁਸੀਂ ਬਾਹਰ ਨਿਕਲ ਕੇ ਮੈਨੂੰ ਫੋਨ ਕਰ ਲਿਆ ਜੇ ਅਤੇ ਆਪਾਂ 2 ਮਿੰਟ ਸਮਾਂ ਲੱਦਾਂਗੇ ਅਤੇ ਤੁਰ ਪਾਂਗੇ। ਚੱਲ ਚੰਗਾ, ਪਰ ਐਂ ਨਾ ਹੋਵੇ ਕਿ ਪਿਛਲੀ ਵਾਰ ਵਾਂਗੂ ਲੇਟ ਹੋ ਜੇ ਅਸੀਂ ਮੂੰਹ ਚੱਕ ਚੱਕ ਡੀਕੀ ਜਾਈਏ ਤੈਨੂੰ। ਨਾ ਬਾਈ ਮਤਲਬ ਹੀ ਨਹੀਂ, ਪਿਛਲੀ ਵਾਰ ਤਾਂ ਨਾ ਰੈਲੀ ਦੀ ਵਜ੍ਹਾ ਨਾਲ ਮੈਂ ਟ੍ਰੈਫਿਕ 'ਚ ਫਸ ਗਿਆ ਸੀ। ਐਸ ਕੀ ਨਹੀਂ ਹੁੰਦਾ, ਅਤੇ ਹਾਂ ਸੱਚ ਬਾਈ ਇੱਕ ਨਿੱਕਾ ਜਿਹਾ ਕੰਮ ਆ ਅਤੇ ਵੇਖੀ ਕਿਤੇ ਭੁੱਲ ਨਾ ਜਾਈ। ਹਾਂ ਹਾਂ ਦੱਸ। ਦੱਸਣਾ ਕੀ ਆ ਬਾਈ, ਆਉਣ ਲੱਗਣਾ ਬਾਹਰੋਂ ਚਾਹ ਕੇ ਬੋਤਲਾਂ ਬਾਹਰ ਲਈ ਦਾਰੂ ਲਈ ਆਈ। ਧਰਮਣਾ ਤੁਹਾਡੇ ਤਾਂ ਬੜੀ ਗਾਡਰ ਹੁੰਦੀ ਆ। ਸਾਡੇ ਤਾਂ ਇੱਥੇ ਸਾਲੇ ਪਾਣੀ ਪਾਪਾ ਵੇਚੀ ਜਾਂਦੇ ਦਾਰੂ ਦੇ ਨਾਂ 'ਤੇ। ਹਾਂ ਹਾਂ ਕੋਈ ਨਹੀਂ ਮੈਂ ਲੈ ਆਊਂਗਾ ਯਾਰ, ਮੈਂ ਬਿਜ਼ੀ ਹਾਂ ਥੋੜ੍ਹਾ, ਤੂੰ ਬਾਅਦ 'ਚ ਫੋਨ ਕਰੀ ਸਾਨੂੰ। ਨਾ ਆਰਡਰ ਤਾਂ ਐਂ ਮਾਰਦੇ ਆ ਜਿਵੇਂ ਸ਼ਰਾਬ ਇੱਥੇ ਟੂਟੀਆਂ 'ਚ ਆਉਂਦੀ ਹੋਵੇ। ਖੋਲੀ ਟੂਟੀ ਤੇ ਭਰ ਲਈ ਬੋਤਲ ਨਾ, ਅੱਗੇ ਹੀ ਸਾਡੇ ਕੋਲ ਇੰਨਾ ਸਮਾਨ ਆ, ਉੱਤੋਂ ਇਹਨਾਂ ਦੀਆਂ ਵੰਗਾਰਾਂ ਨਹੀਂ ਮਾਣ। ਜੇ 1 ਕਿਲੋ ਵੀ ਸਮਾਨ ਵੱਧ ਗਿਆ ਨਾ ਤੇ ਅਗਲਿਆਂ ਨੇ ਚੱਟ ਦੇਣੀ, $100 ਦੀ ਚੇਪੀ ਲਾ ਦੇਣੀ ਏਅਰਪੋਰਟ ਤੇ। ਉਹਨੇ ਦੀ ਕੁੱਤੀ ਨੀ ਜਿਹਨੇ ਦੇ ਉਹਨੇ ਫੁਲਕੇ ਖਾ ਜਾਣੇ। ਫਿਰ ਕੀ ਲੋੜਾ ਆ ਗਿਆ, ਨਾ ਉਹਨੇ ਤੈਨੂੰ ਕਿਹਾ ਤੇ ਨਾ ਤੂੰ ਚੁੱਕ ਕੇ ਲਿਜਾਣਾ। ਤੂੰ ਆਪਦੇ ਹਾਰ ਸ਼ਿੰਗਾਰ ਨਾਲ ਭਰ ਲਾ ਦਾ ਅਟੈਚੀ। ਮੈਂ ਵੀ ਨੋਟ ਕੀਤਾ, ਤੈਨੂੰ ਵੈਸੇ ਐਲਰਜੀ ਆ ਸਾਡੇ ਟੱਬਰ ਤੋਂ। ਨਾ ਹੋਵੇ ਨਾ, ਸਾਡੀ ਕਿਹੜੇ ਵੇਲੇ ਬਾਂਹ ਫੜੀ ਉਹਨਾਂ ਨੇ। ਐਡੀ ਔਖੀ ਹੋ ਕੇ ਮੈਂ ਜਵਾਕ ਪਾਲੇ ਨੇ ਇੱਥੇ, ਨਾਲੇ ਜਵਾਕ ਪਾਲਣੇ ਨਾਲੇ ਡਿਊਟੀ ਕਰਨੀ ਨਾਲੇ ਘਰ। ਨਾ ਉਦੋਂ ਤੇ ਤੁਹਾਡਾ ਕੋਈ ਜੀਣਾ ਇੱਥੇ ਬੋੜਿਆ, ਹੁਣ ਵੀ ਜਦੋਂ ਕਹਿੰਦੇ ਆ ਤੁਹਾਡੇ ਮਾਤਾ ਜੀ ਨੂੰ ਤੇ ਅੱਗੋਂ ਟੱਕੇ ਵਰਗਾ ਜਵਾਬ ਦਿੰਦੇ ਨੇ। ਔਖੇ ਮੇਰਾ ਨਹੀਂ ਜੀ ਲੱਗਦਾ ਬਗਾਨੇ ਮੁਲਕ ਦੇ ਵਿੱਚ ਆਪਣੇ ਪਿੰਡ ਬਿਨਾਂ। ਨਾ ਜੇ ਬਗਾਨਾ ਮੁਲਕ ਇੰਨਾ ਹੀ ਮਾੜਾ ਤੇ ਇੱਥੋਂ ਦਾ ਸਮਾਨ ਕਿਵੇਂ ਚੰਗਾ ਹੋ ਗਿਆ? ਨਾ ਸਮਾਨ ਲੈਣ ਵਾਰੀ ਤੇ ਤੁਹਾਡੇ ਟੱਬਰ ਦੀਆਂ ਫਰਮਾਇਸ਼ਾਂ ਨਹੀਂ ਮੁੱਕਦੀਆਂ। ਕੋਈ ਕਵਾ ਲਿਆ ਦਿਓ, ਕੋਈ ਕਵਾ ਲਿਆ ਦਿਓ, ਜਿਵੇਂ ਅਸੀਂ ਟਾਕੇ ਮਾਰਦੇ ਹੁੰਦੇ ਹਾਂ ਇੱਥੇ। ਹੈਲੋ ਦੀਦੀ, ਸਤਿ ਸ਼੍ਰੀ ਅਕਾਲ ਜੀ। ਹਾਂ ਲੱਕੀ। ਦੀਦੀ ਪਰਸੋਂ ਕਿੰਨੇ ਵਜੇ ਲੈਂਡ ਕਰ ਰਹੇ ਹੋ ਤੁਸੀਂ? ਵਾਜੀ ਜਾਣਗੇ ਸ਼ਾਮ ਦੇ 6:30। ਉਹ ਸਿੰਗਾਪੁਰ ਸਾਡਾ ਸਟੇ ਹੀ ਬੜਾ ਹੈ ਨਾ। ਦੀਦੀ ਇੱਕ ਨਿਕਾਹ ਜਿਹਾ ਕੰਮ ਸੀ। ਕਰਦੇ ਵੈਸੇ ਮੈਂ ਤੁਹਾਨੂੰ ਥੋੜ੍ਹਾ ਔਖਾ ਹੀ ਰਿਹਾ, ਪਰ ਪਲੀਜ਼ ਦੀਦੀ ਹੁਣ ਨਾ ਨਾ ਕਰਿਓ। ਹਾਂ ਦੱਸ। ਦੀਦੀ ਦੱਸਣਾ ਕੀ ਆ, ਮੇਰੇ ਲਈ ਆਉਂਦੇ ਹੋਏ ਆ ਨਾ ਇੱਕ ਰੇਬਣ ਦੀ ਐਨਕ ਲਿਆਉਂਦੇ ਆਇਓ। ਦੀਦੀ ਦੇਖਣਾ ਤੁਹਾਡਾ ਭਰਾ ਜਦੋਂ ਰੇਬਣ ਦੀ ਐਨਕ ਲਾ ਕੇ ਘੋੜੀ ਚੜਿਆ ਨਾ, ਲੋਕ ਖੜ ਖੜ ਵੇਖਣਗੇ। ਨਾਲੇ ਹਾਂ ਸੱਚ ਦੀਦੀ, ਦੀਦੀ ਤੁਹਾਨੂੰ ਆਪਣਾ ਵਾਅਦਾ ਤਾਂ ਯਾਦ ਹੈ ਨਾ? ਮੇਰੀ ਇੰਗੇਜਮੈਂਟ ਤਾਂ ਕੀਤਾ ਸੀ ਕਿ ਤੁਸੀਂ ਮੇਰੇ ਵਿਆਹ 'ਤੇ ਮੈਨੂੰ iPhone 13 Pro ਗਿਫਟ ਕਰੋਗੇ। ਦੀਦੀ ਮੇਰੀ ਹੁਣ ਬੇਇੱਜ਼ਤੀ ਨਾ ਕਰਾ ਦਿਓ ਮੇਰੇ ਯਾਰਾਂ ਦੋਸਤਾਂ 'ਚ। ਮੈਂ ਸਾਰਿਆਂ ਨੂੰ ਦੱਸਿਆ ਹੋਇਆ ਇਸ ਬਾਰੇ। ਲੈ ਐਂ ਕਿਵੇਂ ਹੋ ਜੂ ਬੇਇੱਜ਼ਤੀ ਮੇਰੇ ਵੀਰ ਦੀ? ਉਹ ਤੂੰ ਫਿਕਰ ਨਾ ਕਰ, ਉਹ ਤਾਂ ਮੈਂ ਪਹਿਲਾਂ ਹੀ ਲੈ ਆਈ ਹਾਂ। ਬਾਕੀ ਰਹੀ ਗੱਲ ਐਨਕਾਂ ਦੀ ਤੇ ਉਹ ਮੈਂ ਅੱਜ ਸ਼ਾਮੀ ਜਾ ਕੇ ਲੈ ਆਊਂਗੀ ਮਾਲ 'ਚੋਂ। ਓ ਥੈਂਕ ਯੂ ਸੋ ਮੱਚ ਦੀਦੀ, ਦੀਦੀ ਯੂ ਆਰ ਦਾ ਬੈਸਟ ਦੀਦੀ। ਓਕੇ ਬਾਏ, ਟੇਕ ਕੇਅਰ। ਚੰਗਾ ਬਾਏ, ਓਕੇ।
ਵਿਆਹ ਹੋ ਚੱਲਿਆ ਇਹਦਾ, ਪਰ ਅਜੇ ਵੀ ਨਾ ਬਚਪਨਾ ਨਹੀਂ ਮੁੱਕਿਆ। ਆ ਨਿੱਕੀਆਂ ਨਿੱਕੀਆਂ ਫਰਮਾਇਸ਼ਾਂ ਵੀ ਨਾ ਜਵਾਕਾਂ ਵਾਂਗੂ ਹੀ ਕਰਦਾ। ਹਾਂ ਵਾਹਵਾ ਹੀ ਨਿੱਕੀ ਤੇ ਸਸਤੀ ਜੀ ਫਰਮਾਇਸ਼ ਸੀ ਤੇਰੇ ਭਰਾ ਦੀ, ਵੱਡੀਆਂ ਵੱਡੀਆਂ ਫਰਮਾਇਸ਼ਾਂ ਤਾਂ ਸਾਡੇ ਵਾਲਾ ਟੱਬਰ ਕਰਦਾ, ਨਾਲੇ ਮਹਿੰਗੀਆਂ ਤੇ ਭਾਰੀਆਂ ਤਾਂ ਦਾਰੂ ਵਾਲੀਆਂ ਬੋਤਲਾਂ ਹੁੰਦੀਆਂ, ਮੋਬਾਈਲ ਦਾ ਕੀ ਹੈ, ਉਹ ਤਾਂ ਅਗਲਾ ਹੱਥ 'ਚ ਫੜ ਕੇ ਲੈ ਜਾਂਦਾ ਏਅਰਪੋਰਟ ਤੋਂ ਤੇ ਐਨਕ ਅੱਖਾਂ 'ਤੇ ਲਾ ਕੇ। ਮੈਨੂੰ ਵੀ ਦੱਸੀ ਹਾਂ ਆਹ ਕਿਹੜੀ ਵਾਲਣ ਨਾਲ ਤੁੜੇ ਆਈਫੋਨ, ਮੈਂ ਵੀ ਲਵੇ ਜੇ ਵੇਖ ਕੇ ਤੂੰ ਲਾਹ ਲਵਾਂ ਆਪਦੇ ਪਿਓ ਅਤੇ ਭਰਾ ਲਈ। ਮੈਨੂੰ ਪਤਾ ਕਿਹੜੇ ਸਟੇਸ਼ਨ ਤੋਂ ਬੋਲਦੇ ਹੋ ਤੁਸੀਂ, ਭੁੱਲ ਗਏ ਹੋ ਆਪਣੇ ਦੋਹਾਂ ਜਵਾਕਾਂ ਵਾਰੀ ਮੇਰੇ ਮੰਮੀ ਪਾਪਾ ਆਏ ਸੀ ਉਹਨੂੰ ਸਾਂਭਣ। ਤੁਹਾਡੇ ਵਾਲਿਆਂ ਨੇ ਤੇ ਖੁਸਰੇ ਵੀ ਇਹ ਕਹਿ ਕੇ ਪਿੰਡੋਂ ਮੋੜਤੇ ਸੀਗੇ ਵੀ ਮੁੰਡਾ ਆਸਟ੍ਰੇਲੀਆ ਜੰਮਿਆ, ਮੀਹਾ ਸਿੰਘ ਵਾਲੇ ਨਹੀਂ। ਹੁਣ ਨਾ ਮੇਰਾ ਬਹੁਤਾ ਮੂੰਹ ਨਾ ਖੁਲਵਾਓ ਨਹੀਂ ਤੇ ਸਾਰੇ ਰਾਹ ਖੈਬੜ ਦੇ ਜਾਵਾਂਗੇ। ਦੀਦੀ ਪਾਪਾ ਕਹਿੰਦੇ ਕਿ ਭਾਈ ਉਹਨਾਂ ਨੂੰ ਕਹਿ ਦਿਓ ਦੋ ਕੁ ਬੋਤਲਾਂ ਨਾ ਰੈੱਡ ਵਾਈਨ ਦੀ ਲਈ ਆਉਣ। ਪਾਪਾ ਦੇ ਯਾਰ ਦੋਸਤ ਆ ਰਹੇ ਮੇਰੇ ਵਿਆਹ 'ਤੇ, ਹੁਣ ਉਹਨਾਂ ਅੱਗੇ ਵੀ ਵਿਆਹਵਾ ਕਰਨੀ ਆ ਬਈ, ਸਾਡੀ ਕੁੜੀ ਆਸਟ੍ਰੇਲੀਆ ਵਿਆਹੀ ਆ। ਹਾਂ 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 ਲੱਕੀ ਕੋਈ ਨਹੀਂ ਤੇਰੇ ਭਾਅ ਜੀ ਨੂੰ ਕਹਿ ਦਿੰਦੇ ਆ ਉਹ ਲੈ ਆਉਣਗੇ। ਚੰਗਾ ਲੱਕੀ ਆਪਾਂ ਨਾ ਥੋੜੇ ਜਿਹੇ ਬਿਜ਼ੀ ਆ, ਤੁਹਾਨੂੰ ਬਾਅਦ 'ਚ ਗੱਲ ਕਰਦੇ ਹਾਂ। ਓਕੇ ਓਕੇ ਬਾਏ ਜੀ। ਮੈਂ ਸੁਣਿਆ ਰੈੱਡ ਵਾਈਨ ਜਿਹੜੀ ਆ ਉਹ ਹਾਰਟ ਵਾਸਤੇ ਬੜੀ ਵਧੀਆ ਹੁੰਦੀ ਆ, ਨਾਲੇ ਨਾ ਇਦਾਂ ਫੇਸ 'ਤੇ ਗਲੋ ਵੀ ਬਣਿਆ ਰਹਿੰਦਾ। ਮੇਰੇ ਨਾਲ ਨਾ ਇੱਕ ਗੋਰੀ ਕੰਮ ਕਰਦੀ ਆ, ਉਹ ਦੱਸਦੀ ਸੀ ਵੀ ਸਾਡੇ ਗੋਰੇ 'ਤੇ ਪੀਂਦੇ ਹੀ ਵਾਈਨ ਆ, ਆਹ ਦੂਜੀ ਸ਼ਰਾਬ 'ਤੇ ਤੁਹਾਡੇ ਦੇਸੀ ਬੰਦੇ ਪੀਂਦੇ ਆ। ਮੇਰੀ ਜਾਨ ਦਾ ਖਾਓ, ਲੀਵਰ ਡੈਮੇਜ ਹੋ ਜਾਂਦਾ ਇਹਦੇ ਨਾਲ ਉਈ। ਹਾਂ ਵੇਖਿਆ ਮੈਂ ਕੁਛ ਕੁ ਗੋਰੇ ਫਿਰੋਜ਼ਪੁਰ ਵਾਲੇ ਵੀ ਰੈੱਡ ਵਾਈਨ ਪੀਂਦੇ, ਪਰ ਗੱਲ ਕਰ ਉਹਨਾਂ ਦਾ ਟਰੈਕਟਰ ਚਲਾ ਚਲਾ ਰੰਗ ਕਾਲਾ ਹੋਇਆ ਪਿਆ, ਉਹ ਲੀਵਰ ਉਹਨਾਂ ਦਾ ਠੀਕ ਹੈ। ਸਤਿ ਸ਼੍ਰੀ ਅਕਾਲ ਭਾਬੀ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੁੱਲਾ ਸਾਹਿਬ ਜੀ ਘਰ ਹੀ ਹੈ? ਹਾਂਜੀ ਘਰ ਹੀ ਨੇ, ਲੰਘ ਆਓ। ਹੋਰ ਕਾਸ ਜੀ ਕੰਮ ਧੰਦਾ ਕਿਵੇਂ ਚੱਲਦਾ? ਕੰਮ ਕਾਰ ਬਹੁਤ ਵਧੀਆ ਚੱਲ ਰਿਹਾ ਬਸ ਜੀ। ਚਲੋ ਸ਼ੁਕਰ ਹੈ, ਲਓ ਪਾਣੀ। ਸੋਰੀ ਮੈਮ, ਮੈਂ ਤੁਹਾਨੂੰ ਨਾ ਲਾਸਟ ਮੂਮੈਂਟ 'ਤੇ ਡਿਸਟਰਬ ਕਰ ਰਹੀ ਹਾਂ। ਮੈਨੂੰ ਕੱਲ੍ਹ ਹੀ ਚਾਚਾ ਜੀ ਨੇ ਦੱਸਿਆ ਸੀ ਤੁਸੀਂ ਆਪਣੇ ਬ੍ਰਦਰ ਦੀ ਮੈਰਿਜ ਲਈ ਇੰਡੀਆ ਜਾ ਰਹੇ ਹੋ। ਹਾਂ ਜਾ ਤਾਂ ਰਹੇ ਹਾਂ। ਮੈਮ ਇੱਕ ਨਿੱਕਾ ਜਿਹਾ ਕੰਮ ਸੀ, ਤੁਹਾਡੀ ਨਾ ਇੱਕ ਫੇਵਰ ਚਾਹੀਦੀ ਆ। ਪਲੀਜ਼ ਇਹ ਮੇਰਾ ਲਹਿੰਗਾ ਲੈ ਜਾਊਂਗੀ ਇੰਡੀਆ। ਭੁੱਲਾ ਸਾਹਿਬ ਨੈਕਸਟ ਮੰਥ ਸਾਡੀ ਮੇਟ ਦੀ ਬੇਟੀ ਦੀ ਮੈਰਿਜ ਆ ਇੰਡੀਆ, ਮੈਂ ਸੋਚਿਆ ਆਹ ਲਹਿੰਗਾ ਹੀ ਤੁਸੀਂ ਉਹਨਾਂ ਲਈ ਲੈ ਜਾਓ, ਧੀ ਧਿਆਣੀ ਦਾ ਕੰਮ ਆ ਹੁਣ ਲੱਗੂਗਾ। ਨਾ ਨਾ ਕਰਿਓ ਜੀ। ਚੰਗਾ ਫਿਰ ਭੁੱਲਾ ਸਾਹਿਬ ਅਸੀਂ ਫਿਰ ਚੱਲਦੇ ਹਾਂ। ਓਕੇ ਮੈਮ। ਚੰਗਾ ਜੀ ਸਤਿ ਸ਼੍ਰੀ ਅਕਾਲ। ਹਾਂਜੀ ਪੁਨੀਤ ਜੀ, ਅੱਜ ਸਾਡੀ ਯਾਦ ਕਿਵੇਂ ਆ ਗਈ ਮਹਾਰਾਜ? ਉਹ ਯਾਦ ਤਾਂ ਭੁੱਲਾ ਸਾਹਿਬ ਤੁਹਾਡੀ ਹਮੇਸ਼ਾ ਹੀ ਆਉਂਦੀ ਰਹਿੰਦੀ ਹੈ, ਉਹ ਤੁਹਾਨੂੰ ਪਤਾ ਹੀ ਹੈ ਨਾ ਮੁਲਕਾਂ ਦਾ ਜਨਾਬ, ਸ਼ਿਫਟਾਂ ਨਿਆਣੇ ਦੇ ਕੰਮ ਘਰਾਂ ਦੇ ਕੰਮਾਂ ਨੇ ਨਾ ਮੱਤ ਮਾਰ ਕੇ ਰੱਖੀ ਹੁੰਦੀ ਬੰਦੇ ਦੀ। ਐਨੀਵੇ ਛੱਡੋ, ਮੈਨੂੰ ਪਤਾ ਲੱਗਿਆ ਭੁੱਲਾ ਸਾਹਿਬ ਤੁਸੀਂ ਇੰਡੀਆ ਚੱਲੇ ਜੇ। ਹਾਂਜੀ ਜਾ ਤਾਂ ਰਹੇ ਸੀ। ਬਸ ਫਿਰ ਤੁਹਾਡੇ ਤੱਕ ਇੱਕ ਨਿੱਕਾ ਜਿਹਾ ਕੰਮ ਹੈ ਭੁੱਲਾ ਸਾਹਿਬ, ਬੇਨਤੀ ਹੈ ਨਾ ਨਾ ਕਰਿਓ। ਮਹਾਰਾਜ ਤੁਹਾਡੀ ਸੇਵਾ 'ਚ ਹਮੇਸ਼ਾ ਹਾਜ਼ਰ ਹੈ, ਉਹ ਗੋਲੀ ਕੀਦੀ ਅਤੇ ਗਹਿਣੇ ਕੀਦੇ, ਹੁਕਮ ਕਰੋ। ਉਹ ਕੰਮ ਤਾਂ ਨਿੱਕਾ ਜਿਹਾ ਭੁੱਲਾ ਸਾਹਿਬ, ਉਹ ਇੰਡੀਆ ਨਾ ਝਾਈ ਜੀ ਮੇਰੇ ਥੋੜ੍ਹੇ ਢਿੱਲੇ ਮੱਠੇ ਜੇ ਰਹਿੰਦੇ, ਅਤੇ ਅਸੀਂ ਸੋਚਿਆ ਉਹਨਾਂ ਲਈ ਥੋੜ੍ਹੇ ਜਿਹੇ ਮਲਟੀਵਿਟਾਮਿਨ ਅਤੇ ਫਿਸ਼ ਆਇਲ ਦੇ ਕੈਪਸੂਲ ਹੀ ਭੇਜ ਦਈਏ, ਉਹ ਵਧੀਆ ਰਹੇਗਾ ਉਹਨਾਂ ਦੀ ਸਿਹਤ ਲਈ
ਸਾਡਾ ਤਾਂ ਹਜੇ ਨਾ ਸਾਲ ਦੋ ਸਾਲ ਸ਼ਾਇਦ ਇੰਡੀਆ ਜਾਣ ਦਾ ਗੇੜਾ ਨਾ ਲੱਗੇ ਹਜੇ। ਪਨੀਰ ਜੀ ਦੋ ਚੀਜ਼ਾਂ ਪਰ ਤੁਹਾਨੂੰ ਅੱਜ ਹੀ ਫੜਾ ਕੇ ਜਾਣੀਆਂ ਪੈਣਗੀਆਂ। ਕੱਲ੍ਹ ਦੀ ਤਾਂ ਸਾਡੀ ਫਲਾਈਟ ਆ। ਅੱਜ ਨਹੀਂ ਭੁੱਲਾ ਸਾਹਿਬ, ਆ ਤੁਸੀਂ ਹੁਣੇ ਹੀ ਲਓ ਅਤੇ ਅਸੀਂ ਤਾਂ ਇਨਫੈਕਟ ਤੁਹਾਡੇ ਵੱਲ ਆਉਣ ਦਾ ਹੀ ਸੋਚ ਰਹੇ ਸੀ। ਤੁਸੀਂ ਬਸ ਚੁੱਲ੍ਹੇ 'ਤੇ ਚਾਹ ਰੱਖੋ। ਉਹ ਜਦੋਂ ਮਰਜ਼ੀ ਆਓ ਜਨਾਬ, ਤੁਹਾਡਾ ਆਪਣਾ ਘਰ ਹੈ, ਤੁਹਾਨੂੰ ਵੀ ਆਗਿਆ ਦੀ ਲੋੜ ਹੈ। ਹੈਂ ਓਕੇ ਜੀ, ਮਿਲਦੇ ਹਾਂ ਫਿਰ ਆਪਾਂ ਛੇਤੀ। ਬਾਏ ਜੀ। ਮੰਨ ਗਏ ਹੋ? ਮੰਨ ਗਏ ਛੇਤੀ ਕਰ, ਤਿਆਰ ਹੋਣਾ ਪਿਆ ਜੀ, ਚੱਲ ਚੱਲੀਏ ਨਾ। ਹੁਣੇ ਪੁਨੀਤ ਕੀ ਕਹਿੰਦਾ? ਕੁਛ ਨਹੀਂ ਯਾਰ, ਉਹਨੇ ਆਪਣੀ ਮੰਮੀ ਲਈ ਮਲਟੀ ਵਿਟਾਮਿਨ ਦੇ ਫੇਸ਼ੀਅਲ ਦੀਆਂ ਦੋ ਨਿੱਕੀਆਂ ਨਿੱਕੀਆਂ ਸ਼ੀਸ਼ੀਆਂ ਭੇਜਣੀਆਂ, ਬਸ ਉਹੀ ਫੜਾਉਣ ਆ ਰਿਹਾ ਨਾ। ਵੈਸੇ ਨਿੱਕੀਆਂ ਨਿੱਕੀਆਂ ਸ਼ੀਸ਼ੀਆਂ ਹੁੰਦੀਆਂ ਕਿੱਡੀਆਂ ਕਾ? ਜਿੱਡੀਆਂ ਮਰਜ਼ੀ ਹੋਣ, ਵਾਈਨ ਦੀ ਬੋਤਲ ਤਾਂ ਫਿਰ ਵੀ ਛੋਟੀਆਂ ਹੀ ਹੁੰਦੀਆਂ। ਮੈਂ ਨਾ ਤੁਹਾਨੂੰ ਪਹਿਲਾਂ ਹੀ ਦੱਸਤਾ ਜੇ, ਮੈਂ ਆਪਣੇ ਅਟੈਚ 'ਚ ਕਿਸੇ ਦਾ ਸਮਾਨ ਨਹੀਂ ਪਾਉਣਾ। ਮੇਰਾ ਲਗੇਜ ਤਾਂ ਅੱਗੇ ਓਵਰਵੇਟ ਲੱਗੀ ਜਾਂਦਾ ਮੈਨੂੰ। ਤੁਹਾਡੀਆਂ ਯਾਰੀਆਂ ਨਾ, ਆ ਤੁਹਾਨੂੰ ਹੀ ਮੁਬਾਰਕ। ਤੂੰ ਨਾ ਪਾਈ ਬਾਬਾ ਸਮਾਨ ਕਿਸੇ ਦਾ, ਤੂੰ ਆਪਦਾ ਘਰ ਪੂਰਾ ਰੱਖ, ਮੈਂ ਆਪਦਾ ਸਮਾਨ ਕੱਢ ਲੈਂਦਾ। ਤੈਨੂੰ ਬਿਨਾਂ ਕਲੇਸ਼ ਪਾਉਣ ਤੋਂ ਹੋਰ ਕੋਈ ਕੰਮ ਆਉਂਦਾ? ਮੈਂ ਸਮਾਨ ਨਹੀਂ ਚੱਕਣਾ, ਮੈਂ ਸਮਾਨ ਨਹੀਂ ਪਾਉਣਾ। ਪੁਨੀਤ, ਮੈਂ ਕਹਿੰਦੀ ਸੀ ਆਪਾਂ ਆਪਣੀ PS4 ਵੀਡੀਓ ਗੇਮ ਇਸ ਸਮਾਨ ਦੇ ਨਾਲ ਹੀ ਨਾ ਘੱਲ ਦੇਈਏ, ਇਹਨਾਂ ਨੂੰ ਕੀ ਫਰਕ ਪੈਣਾ? ਤੇਰਾ ਦਿਮਾਗ ਠੀਕ ਰਹੂੰਗਾ। ਉਹ ਜੇ ਟੈਚੀ ਦਾ ਮੂੰਹ ਖੁੱਲ੍ਹਾ ਹੋਵੇ, ਉਹ ਤੂੰ ਉਹਨਾਂ ਵਾਲੇ ਨੂੰ ਸ਼ਰਮ ਚਾਹੀਦੀ ਕਿ ਨਹੀਂ? ਨਾਲੇ 20 ਦਿਨ ਅਸੀਂ ਆਪ ਇੰਡੀਆ ਜਾਣਾ ਯਾਰ, ਅਸੀਂ ਖਾਲੀ ਹੱਥ ਨੂੰ ਕਹਿੰਦੇ ਜਾਵਾਂਗੇ। ਚਲ ਆ ਜਾ। ਵੈਸੇ ਭੁੱਲੇ ਸਾਹਿਬ, ਤੁਸੀਂ ਬੜਾ ਚੋਰੀ ਚੋਰੀ ਇੰਡੀਆ ਜਾਣ ਦਾ ਪ੍ਰੋਗਰਾਮ ਬਣਾਇਆ, ਕੀ ਗੱਲ ਸੁੱਖ ਤਾਂ ਹੈ? ਉਹ ਬਸ ਕੁਛ ਨਹੀਂ ਬਣੀ ਜੀ, ਦਰਅਸਲ ਸ਼੍ਰੀਮਤੀ ਜੀ ਦੇ ਭਰਾ ਦਾ ਵਿਆਹ, ਅਚਾਨਕ ਕੁੜੀ ਪਸੰਦ ਆ ਗਈ, ਝਟਪਟ ਵਿਆਹ ਰੱਖਤਾ। ਅਸੀਂ ਤਾਂ ਚੰਗੀ ਤਰ੍ਹਾਂ ਨਾਲ ਸ਼ੋਪਿੰਗ ਵੀ ਨਹੀਂ ਕੀਤੀ। ਪਰ ਸਾਡਾ ਬੇਟਾ ਤਾਂ ਕਹਿੰਦਾ ਸੀ ਤੁਸੀਂ ਪਿਛਲੇ 1 ਮਹੀਨੇ ਤੋਂ ਵਿਆਹ ਦੀ ਸ਼ੋਪਿੰਗ ਕਰ ਰਹੇ ਹੋ। ਤੁਹਾਡੇ ਬੇਟੇ ਆਗਾਜ਼ ਨੇ ਸਕੂਲ 'ਚ ਇਸ ਬਾਰੇ ਦੱਸਿਆ ਸੀ। ਉਹਨੂੰ ਨਾ ਕੋਈ ਗਲਤ ਫਹਿਮੀ ਹੋਈ ਹੋਣੀ ਆ ਰੂਮੀ, ਸ਼ੋਪਿੰਗ ਤਾਂ ਆਪਾਂ ਰੂਟੀਨ 'ਚ ਕਰਦੇ ਹੀ ਰਹਿੰਦੇ ਹਾਂ। ਹੋਰ, ਉਹ ਤਾਂ ਆਪਾਂ ਕਰਦੇ ਹੀ ਰਹਿੰਦੇ ਹਾਂ। ਆਹੋ ਜੀ, ਭੁਲੇਖਾ ਲੱਗਿਆ ਹੋਣਾ ਉਸਨੂੰ। ਲਿਆ ਸਮਾਨ ਫੜਾ। ਲਓ ਭੁੱਲੋ ਸਾਹਿਬ, ਤੁਸੀਂ ਤਾਂ ਕਮਾਲ ਕੀਤੀ ਜੇ, ਸਾਡੇ ਤੋਂ ਪਹਿਲਾਂ ਹੀ ਸਾਡੇ ਸਮਾਨ ਦੀ ਜਗ੍ਹਾ ਬਣਾਈ ਬੈਠੇ ਹੋ। ਆ ਲਓ ਰੱਖੋ ਫਿਰ ਇਸਨੂੰ। ਅਸੀਂ ਵੀ ਮੇਰੇ ਖਿਆਲ ਕੰਮਾਂ ਤੋਂ ਲੇਟ ਹੋ ਰਹੇ ਹਾਂ, ਅਤੇ ਸਾਨੂੰ ਇਜਾਜ਼ਤ ਦਿਓ ਜੀ, ਮਿਲਦੇ ਹਾਂ ਜੀ ਫਿਰ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਫੜਾਓ ਹਾਂ ਜ਼ਰਾ ਮੈਨੂੰ, ਮੈਂ ਵੀ ਵੇਖਾਂ ਜ਼ਰਾ। ਨਾ ਜੇ ਇਹ ਛੋਟੀਆਂ ਸ਼ੀਸ਼ੀਆਂ ਨੇ ਤੇ ਭਲਾ ਵੱਡੀਆਂ ਕਿੱਡੀਆਂ ਹੁੰਦੀਆਂ ਹੋਣਗੀਆਂ? ਨਾ ਹੁਣ ਇਹ ਨਾ ਕਹਿ ਦਿਓ ਵੀ ਵਾਈਨ ਦੀਆਂ ਵੀ 5-5 ਲੀਟਰ ਦੀਆਂ ਬੋਤਲਾਂ ਹੁੰਦੀਆਂ। ਆਹੋ ਹਾਂ, ਇਹ ਵੀ ਚੰਗਾ ਕੀਤਾ ਤੂੰ ਅੱਜ ਜਿਹੜਾ ਨਿਆਣਿਆਂ ਨੂੰ ਸਕੂਲੇ ਭੇਜਤਾ, ਵੀ ਉਹਨਾਂ ਨੇ ਆਪਾਂ ਨੂੰ ਵੱਖਰੀ ਟੈਨਸ਼ਨ ਦੇ ਹੀ ਰੱਖਣੀ ਸੀ। ਪਰ ਫਿਰ ਕਿਹੜਾ ਸਵੇਰ ਦਾ ਸੁੱਖ ਦਾ ਸਾਹ ਆ ਗਿਆ, ਕੋਈ ਨਾ ਕੋਈ ਮੂੰਹ ਚੁੱਕ ਕੇ ਐਂ ਤੁਰੀ ਆਉਂਦਾ ਜਿਵੇਂ ਸਾਡਾ ਘਰ ਨਾ ਹੋਵੇ, ਕੋਈ ਆੜਤ ਹੋਵੇ। ਹੁਣ ਕੌਣ ਆ ਗਿਆ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆ ਜਾਓ ਲੰਘਿਓ। ਭੁੱਲੋ ਸਾਹਿਬ, ਸੱਚੀ ਯਾਰ ਤੰਗ ਆ ਗਏ ਇੰਡੀਆ ਰਹਿੰਦੇ ਰਿਸ਼ਤੇਦਾਰਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਕਰਦੇ। ਕੋਈ ਕਹੂਗਾ ਆਈਫੋਨ ਭੇਜ ਦੇ, ਕੋਈ ਕਹੂਗਾ ਸ਼ਰਾਬ ਭੇਜ ਦੇ, ਕੋਈ ਕਹੂਗਾ ਐਨਕਾਂ ਭੇਜ ਦੇ, ਹੋਰ ਨਹੀਂ ਤਾਂ ਹੋਰ ਇਹ ਕਹਿ ਦੇਣਗੇ ਵੀ 2 ਬੋਤਲਾਂ ਵਾਈਨ ਦੀਆਂ ਭੇਜ ਦੇ, ਅਸੀਂ ਸਿਹਤ ਲਈ ਚੰਗੀ ਹੁੰਦੀ ਆ। ਲੋਕ ਵੀ ਮੰਗਣ ਲੱਗਾ, ਜ਼ਰਾ ਸ਼ਰਮ ਨਹੀਂ ਕਰਦੇ। ਭਲਾ ਬੰਦਾ ਪੁੱਛੇ ਵੀ ਇਹ ਸਭ ਇੰਡੀਆ ਨਹੀਂ ਮਿਲਦਾ, ਉਹ ਵੀ ਮੁਫ਼ਤ 'ਚ ਚੀਜ਼ਾਂ ਮੰਗਣ ਦੀ ਆਦਤ ਪੈ ਗਈ ਹੈ ਲੋਕਾਂ ਨੂੰ। ਮੇਰਾ ਤਾਂ ਭਰਾ ਮਾਨ ਨਹੀਂ ਬੋਡੀ ਬਿਲਡਿੰਗ ਕਰਦਾ, ਹਰ ਵਰਕ ਕਹੂ ਦੀਦੀ ਇੱਕ ਪ੍ਰੋਟੀਨ ਦਾ ਡੱਬਾ ਹੀ ਭੇਜਿਓ, ਅਖੇ ਸਾਡੇ ਇੱਧਰ ਪਿਓਰ ਨਹੀਂ ਮਿਲਦਾ। ਹੋਰ ਕੀ ਯਾਰ, ਉਹਦੇ ਮਸਲ ਬਣਾਉਂਦੇ ਬਣਾਉਂਦੇ ਅਸੀਂ ਮਸਲੇ ਚੱਲੇ ਹਾਂ, ਪਰ ਕੀ ਕਰੀਏ, ਮਸਲਾ ਰਿਸ਼ਤੇਦਾਰੀ ਦਾ, ਨਹੀਂ ਤਾਂ ਕਦੋਂ ਦਾ ਠੋਕ ਕੇ ਜਵਾਬ ਦੇ ਦਿੰਦੇ ਅਤੇ ਬੇਇੱਜ਼ਤੀ ਵੱਖਰੀ ਕਰਦੇ। ਪਰ ਇਸ ਵਾਰ ਅਸੀਂ ਇੱਕ ਤਰੀਕਾ ਲੱਭ ਲਿਆ, ਇਸ ਲਈ ਤੁਹਾਡੇ ਵੱਲ ਆਏ ਹਾਂ। ਕੰਮ ਹੈ ਤਾਂ ਨਿੱਕਾ ਜਿਹਾ ਹੀ, ਪਰ ਕਰ ਤੁਸੀਂ ਸਕਦੇ ਹੋ। ਤੁਸੀਂ
अखबार इंडिया पहुंचता कर दो जी। ले वीर जी बस इना के काम, अब जे कोई होर भी समान भेजना ते वो भी दस दो। नहीं दीदी बस तुसी अखबार ले जाओ, मेरा ब्रदर आपे ले जाऊगा तुहाडे कोलों। ले कमाल कर दिया तू गुरप्रीत, वो असी आप दे के आवांगे, नाले ऐसे बहाने अंकल आंटी नू मिलावांगे, और बड़ा टाइम हो गया उन्हां नू मिलिया। होर की वैसे मनवीर एडा की खास है इस अखबार च? ओ खास नहीं जी, बहुत खास आ। इहदे च एक आर्टिकल छपिया जिस विच विज्ञानिकां ने खोज करके दस्सिया वी डब्बे वाला प्रोटीन ज्यादा खान नाल बंदे दी किडनियां खराब हो जांदियां, तो फिर बाकी दी उम्र डायलिसिस ते रहना पैंदा। जदों आर्टिकल पढ़ूगा मेरा साला तो शायद उन्हें कोई अकल आ जाए। पर मनवीर भी हो सकता गुस्सा ही कर जे भी जीजे ने प्रोटीन भेजने मारे ने अखबार भेजता मैनू बशर्म कर मारे ने है। नहीं नहीं जी वह भी हल लेके आया नाल रुपये तो लेके आओ। मेरी तो बाँ ही तोड़ती है बाल्टी ने, पता नहीं किवें हजम करता मेरा भरा। लो भुल्लर साहब जो थोड़ी बहुत भी अकल वाला होया तो गुस्सा नहीं अकल करूगा अगे तो। असी इस बार अखबार देने वाला बाल्टी ही प्रोटीन की भेज रहे भी साढ़े वालों भेजने से कोई कंजूसी नहीं है, पर तू अखबार पढ़ के आपकी सेहत वाल देख। दीदी मैं पता समान थोड़ा सा ज़्यादा है, जो थोड़ा लगेज ओवरवेट हो गया तो असी पे कर देंगे, तुम टेंशन ना लो। चलो जी तुसी करो आपकी तैयारी, असं बच्चे स्कूलों चकने हैं, हैव अ सेफ जर्नी जी। सत श्री अकाल। ना जे होर भी कोई रह गया ना तो उन्हें भी दस दौ भी आप इंडिया चले हाँ, वह भी आपका समान दे जाए ना, लोग समझते ही नहीं अपा इंडिया जहाज से चलिया ट्रक से नहीं। तुसी इन्हां नूं मना नहीं सी कर सकते ना, जे ओवरवेट के पैसे ही देने आ ते उन्हां पैसों नाल बाल्टी कुरियर करवा दिओ, पर नहीं जनता ने तो शर्म या असलों ही वेच खाधी है, आखे असी जी नूं ओवरवेट के पैसे दे देंगे ना, जे इन्ने डॉलर डिगदे आ ते आप बाल्टी इंडिया दे आओ जाके। जे तुहाडी जनानियां दी मन्नन लगी है ना असी दो दिन नहीं मुल्क च कढ सकदे, मनवीर मेरे नाल काम करदा दिन रात असी इकट्ठे रहना हुंदा, जे घरों दो रोटियां भी लैके आवे तो एक उहदे चों मैनूं दिंदा हो। हबी नबी तो 100 वारी मैं उस तो पैसे फड़े है, उदों तां नहीं तू कदे कहा भी मनवीर तो पैसे ना फड़ियो। ठंडे दिमाग नाल सोच, आपां भी तो आपका समान किसी के हाथ भेजे है ना इंडिया, जानी है ना तू भी फड़ा के आनी समान, उदों उन्हां ने की पता अपना माण रख लिया आपका की कुछ इतने छड़ के गए होंगे। हुण तू अरदास कर कि कोई होर ना आ जाए समान देन। कुछ नहीं होना मेरिया अरदासा नाल, और सारे ना तुहाडे ही पाए हुए पंगे आ, खाधी पीते च यार अगे फुकरी मार आए होवोगे भी साले दे व्याह ते चलिया, होर उन्हां नूं सुपना आउणा सी वेख लिओ, होर झट देणी नूं किसे ने कुंडा खड़काया ही लो। खबरदार खबरदार जे फोन चक्किया ते, नहीं तां मैं दस्सिया लड़ाई हो जू अपनी। अननोन नंबर है, की पता किहनूं अपनी लोड़ पै गई, जे बच्चां दे स्कूल तों होया फिर कोई नहीं लोड़ आउंदा। हैलो भुल्लर साहब, ठीक ही गया भला साहब ने भाई साडा बटोला ते सातों ही ओला। सनी बोलिया जनाब टारनेट तो। हाँ सनी, पता लग गया तुसी इंडिया जा रहे हो। सानू तो लोग आ के दस रहे हैं कि तेरा यार चलिया इंडिया। लख लैन तो ही यारी दे। आ किदा नंबर है यार? हाँ नंबर अज ही नवा लिया मैं घर बैठे लई, ते पहली कॉल तुहानू ही कीती आ। मैं सोचा इंडिया तुसी चोरी चोरी जा रहे हो कि मेरा नंबर वेख के तुसी फोन ही ना चुकन। चोरी तो कहनू जाना सी यार, बस अचानक ही बन गया, असी तो चज नाल शॉपिंग भी नहीं की थी अजी। और यानी कि जनाब होनी फिर खाली टेची लेके जा रहे इंडिया। चलो तुहानू मेरे वालों यही जुर्माना, तुसी मेरे घर चाह ते आओ विद फैमिली। पर यार साड़ी कल शाम 4:30 की फ्लाइट आ।
इस तो वधिया तो होर कोई गल हो ही नहीं सकती। बस तुसी जांदे जांदे इधर टारनेडो होके निकल जायो। अकरेगी बंदो टारनेड मसा ही 40-45 मिनट की ड्राइव आ। साल हो गया मैंने इस घर च मूव होया, तुसी एक बार भी मेरे घर नहीं आए। इसी बहाने मेरे यार दे चरण मेरे घर भी बह जाएंगे, नाले तुहाड़े तक मैं एक निका जिहा काम भी सी। की काम सी? ओ काम तो कुछ खास नहीं, बस एक निका जिहा जूसर मिक्सर भेजना सी इंडिया। उंज तां बेबे बापू शहर जाते नहीं जूस पीन, मैं सोचा इसी बहाने घर फ्रैश जूस कढ़ के पी लिया करनगे। इस उम्र इन्हां चीज़ां की लोड़ शरीर नूं वध हुंदी आ, ते पता ही आ भरावा माँ प्यो करके ही भरावा इंडिया नाल साड़ी सांझ है, नहीं तो उन्हां तों बाद साड़ा कित्थे दिल करू जाण नूं। पर कुछ नहीं, कल 1 बजे मैं तुहाडे घर वेट करूँगा, तो जूसर नूं मैं चंगी तरह पैक कर दूंगा, पर ले जायो थोड़ा ध्यान नाल, उहदे यार कच्च दे आ। चल चंगा। चलो ठीक है जी, मिल ले कल। चंगा बाय। ना इनू भी कोई निक्का जिहा काम ही होना अपने नाल। और रब दा वास्ता जे आ पीनी छड़ दो, पीती च ना तुहानू होश नहीं रहिंदी, खादी पीती च पता नहीं की आ यार अगे बोल आउंदे जे। ना तुसीं किधर नूं चले हो? कुछ नहीं, मैनू भी एक निक्का जिहा काम कर ही लैण दिओ। निक्का जिहा काम? लब ले मैं इहदा हल, हुण सप्प भी मर जू ते सोटी भी बच जू। ओह किवें? मेरा सारा समान आ डब्बे च पा दे, इन्हां सारे बेशर्मां दा मेरे टैची च, इहनूं मैं अज इंडिया नूं कोरियर करा दिंदा। मैनू मेरा समान जे 2 दिन लेट भी मिल जू ना तो कोई आखर नहीं आ चली, पर जे इन्हां बशर्मा दा समान 2 दिन भी लेट हो गया तो हो सकदा विकास की मेड़ दा व्याह ही लंघ जाए, या पुनीत दी माता दे शरीर चो विटामिन घट जाण, या फिर मनवीर दे साले दे डोले ही पतले रह जाण, या फिर जिहड़ा सनी आ इहदे बेबे बापू ही। मैनू वी ना हुण इक निक्का जिहा काम कर ही लैण दिओ। फोन फड़ाओ इधर। हुण ना हो फोन ते ना पऊगी वगार, है ना? What the hell is wrong, Dad? Inner time door open karan. Tusi ek nikka jagah bhi nahi kar sakde. Get aside, I'm hungry.